ਸਾਰੇ ਹੀ ਉਚਾਰਨ ਕਰੋ ਜੀ ਸਤਨਾਮ ਸ੍ਰੀ ਪਾਤਸ਼ਾਹ ਜੀ ਦੀ ਬਖਸ਼ਿਸ਼ ਹੋਈ ਹੈ। ਸੰਧਿਆ ਵੇਲੇ ਦੇ ਸਜੇ ਦੀਵਾਨ ਦੇ ਅੰਦਰ ਸੋਧ ਰਹਿਰਾਜ ਸਾਹਿਬ ਜੀ ਦੇ ਪਾਠ ਆਰਤੀ ਆਰਤਾ ਕੀਰਤਨ ਤੇ ਹੁਣੇ ਬਹੁਤ ਮਹਾਨ ਵਿਦਵਾਨ ਦਮਦਮੀ ਟਕਸਾਲ ਦੇ ਨਾਲ ਸੰਬੰਧਿਤ ਗਿਆਨੀ ਨਿਸ਼ਾਨ ਸਿੰਘ ਜੀ ਵੱਲੋਂ ਬਹੁਤ ਹੀ ਸੱਜੇ ਢੰਗ ਨਾਲ ਨਿੱਤਾ ਪ੍ਰਤੀ ਸੂਰਜ ਪ੍ਰਕਾਸ਼ ਦੀ ਕਥਾ ਲੜੀਵਾਰ ਕਥਾ ਸਰਵਣ ਕੀਤੀ ਹੈ। ਇਸੇ ਕਥਾ ਦੇ ਵਿੱਚ ਸੂਰਜ ਪ੍ਰਕਾਸ਼ ਦੇ ਅੰਦਰ ਬਹੁਤ ਵਿਦਵਤਾ ਭਰਪੂਰ ਬਚਨ ਆਉਂਦੇ ਹਨ। ਆਪਾਂ ਵੀ ਵਿਚਾਰ ਸ਼ੁਰੂ ਕੀਤੀ ਸੀ ਕਿ ਕਿਵੇਂ ਉਹ ਆਉਂਦਾ ਹੈ, ਜਿਹੜੀਆਂ ਰਹਿਤਾਂ ਹਨ ਖੋਲ ਖੋਲ ਕੇ ਵਰਣਨ ਕੀਤੀਆਂ ਹਨ। ਪਹਿਲੇ ਸਮਿਆਂ ਦੇ ਵਿੱਚ ਐਸੇ ਭਗਤ ਜਿਹੜੇ ਕਸ਼ਟ ਯੋਗ ਸਨ, ਹੱਠ ਯੋਗ ਚੱਲਦੇ ਸਨ, ਉਹਨਾਂ ਦਾ ਵਿਖਿਆਨ ਇਹਦੇ ਵਿੱਚ ਬੜਾ ਡਿਟੇਲ ਦੇ ਨਾਲ ਹੋਇਆ ਹੈ। ਪ੍ਰਥਮ ਹੈ ਕਸ਼ਟ ਯੋਗ ਵਖਾਨਾ, ਅਸ਼ਟ ਅੰਗ ਸੁਣ ਤਾਂ ਕੇ ਕਾਨਾ। ਉਹਦੇ ਵਿੱਚ ਜਿਹੜੇ ਸੰਤ ਤੇ ਦਾਨ ਹਨ, ਜਿਹਨਾਂ ਦੇ ਅੱਗੇ ਦਸ ਦਸ ਰਹਿਤਾਂ ਹਨ ਜੋ ਗੁਰਬਾਣੀ ਦੇ ਅਨੁਸਾਰ ਹਨ, ਉਹ ਆਪਾਂ ਵਿਚਾਰ ਕੀਤੀਆਂ ਹਨ ਸੰਤ ਤੇ ਦਾਨ। ਉਸ ਤੋਂ ਬਾਅਦ ਵਾਰੀ ਆਉਂਦੀ ਹੈ, ਕਿਉਂਕਿ ਜਿਹੜੀਆਂ 20 ਰਹਿਤਾਂ ਹਨ ਭਜਨ ਬਾਣੀ, ਭਜਨ ਬੰਦਗੀ ਕਰਨ ਵਾਸਤੇ, ਨਾਮ ਬਾਣੀ ਨਾਲ ਜੁੜਨ ਵਾਸਤੇ ਬਹੁਤ ਹੀ ਜ਼ਰੂਰੀ ਹਨ। ਦਿਨ ਗੁਣ ਕੀਤੇ ਭਗਤ ਨਾ ਹੋਏ, ਅਤੇ ਫਿਰ ਉਹ ਸੰਦਮ ਤੋਂ ਬਾਅਦ ਜਿਹੜੇ ਇਜ਼ਮ ਨਿਜ਼ਮ ਹਨ, ਇਹਨਾਂ ਤੋਂ ਬਾਅਦ ਆਸਣ ਹੁੰਦਾ ਹੈ। ਆਸਣ ਜਿਵੇਂ ਤੁਸੀਂ ਸੁਖ ਆਸਣ ਦੇ ਵਿੱਚ ਔਂਕੜੇ ਮਾਰ ਕੇ ਬੈਠਦੇ ਹੋ, ਫਿਰ ਇਹ ਆਸਣ ਕਿ ਸਿੱਧੀ ਰੀੜ ਦੀ ਹੱਡੀ ਹੋਵੇ 90 ਡਿਗਰੀ 'ਤੇ, ਫਿਰ ਇਹ ਐਨਰਜੀ ਫਲੋ ਕਰਦੀ ਹੈ। ਜੇ ਇਸ ਤਰ੍ਹਾਂ ਗਰਦਨ ਹੋ ਜਾਵੇ, ਤੁੰਦਰਾ ਪੈਂਦੀ ਹੈ, ਨੀਂਦ ਆਉਂਦੀ ਹੈ, ਯੋਗਿਕ ਨੀਂਦ ਕਹਿ ਦਿੰਦੇ ਨੇ, ਲੱਗੂ ਤਾਂ ਇੱਕ ਸਮਾਧੀ ਲੱਗੀ ਪਰ ਨੀਂਦ ਆ ਜਾਂਦੀ ਹੈ। ਜੇ ਖੱਬੇ ਪਾਸੇ ਨੂੰ ਗਰਦਨ ਝੁਕ ਜਾਵੇ, ਫੁਰਨੇ ਮਾੜੇ ਆਉਣੇ ਸ਼ੁਰੂ ਹੋ ਜਾਂਦੇ ਨੇ, ਇੱਧਰ ਨੂੰ ਸੱਜੇ ਪਾਸੇ ਨੂੰ ਸ਼ੁਭ ਫੁਰਨੇ ਆਉਂਦੇ ਨੇ। ਇਸ ਕਰਕੇ ਸਿੱਧੇ ਬੈਠ ਕੇ ਆਸਣ ਸਿੱਧ ਕਰਨਾ ਹੁੰਦਾ ਹੈ ਕਿ ਕੋਈ ਅੰਗ ਨਾ ਹਿੱਲੇ। ਰੀੜ ਦੀ ਹੱਡੀ ਜਿਹੜੀ ਹੈ, ਇੱਕ ਇਸੇ ਦੇ ਰਾਹੀਂ ਇਹਦੇ ਆਲੇ ਦੁਆਲੇ ਈੜਾ ਪਿੰਗਲਾ ਸੁਖਸ਼ਮਨਾ ਹੈ, ਇਹ ਐਨਰਜੀ ਫਲੋ ਕਰਦੀ ਹੈ, ਨਹੀਂ ਤਾਂ ਗ੍ਰੈਵਿਟੀ ਖਿੱਚਦੀ ਹੈ। ਮਿੱਟੀ ਦਾ ਭਾਰ ਤੱਤ ਵਧਿਆ ਹੋਵੇ, ਓਵਰਵੇਟ ਹੋਵੇ, ਬੈਠਣ ਨੂੰ ਨੀਂਦ ਆਈ ਜਾਂਦੀ ਹੈ। ਇਸ ਕਰਕੇ ਪ੍ਰਭ ਕੀ ਉਸਤਤ ਰੋ ਸੰਤ ਵੀ ਸਾਵਧਾਨ ਇਕਾਗਰ ਚੀਤ, ਜਿੱਥੇ ਸਰੀਰ ਨੂੰ ਸਾਵਧਾਨ ਰੱਖਣਾ, ਜਿੱਤ ਦੀ ਇਕਾਗਰਤਾ ਬਹੁਤ ਜ਼ਰੂਰੀ ਹੈ, ਇਹ ਆਸਣ ਹੁੰਦਾ ਹੈ। ਫਿਰ ਉਸ ਤੋਂ ਬਾਅਦ ਪ੍ਰਾਣਾਯਾਮ ਹੈ ਸਾਡੇ ਘਰ ਦੇ ਵਿੱਚ, ਕਿਉਂਕਿ ਜਿਹੜਾ ਨਾਨਕ ਇਹ ਕਰ ਕੇਵਲ ਨਾਮ, ਇੱਥੇ ਨਾਮ ਦੀ ਵਾਰਤਾ ਚੱਲਦੀ ਹੈ। ਕਲਯੁਗ ਨਾਨਕ ਨਾਮ ਸਖਾਲਾ, ਇਹ ਸੁਰਤ ਸ਼ਬਦ ਦਾ ਮਾਰਗ ਹੈ। ਜਦੋਂ ਧੰਨ ਧੰਨ ਮਾਤਾ ਅਜੀਤ ਕੌਰ ਜੀ ਨੇ ਗੁਰੂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਕਿ ਮੈਨੂੰ ਇਹ ਜੁਗਤ ਦਰਸਾਓ, ਅੰਮ੍ਰਿਤ ਵੇਲੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜਦੋਂ ਬੇਨਤੀ ਹੋਈ ਤਾਂ ਆਪ ਜੀ ਨੇ ਸਰਬੱਤ ਦੇ ਭਲੇ ਵਾਸਤੇ ਬਚਨ ਕੀਤੇ ਕਿ ਪਹਿਲਾ ਜਿਹੜਾ ਹੁੰਦਾ ਸੀ ਉਹਦੇ ਵਿੱਚ, ਕਿਉਂਕਿ ਮਨ ਨੂੰ ਰੋਕਣ ਵਾਸਤੇ ਇਹ ਕਰਨਾ ਪੈਂਦਾ ਹੈ, ਮਨ ਸਮਝਾਉਣ ਕਾਰਨ ਹੈ, ਕੁਛ ਅੱਕ ਪੜੀ ਹੈ ਗਿਆਨ, ਮਨ ਦੌੜਦਾ ਹੈ, ਮਨ ਸਰੀਰ ਕਿਤੇ ਬੈਠਾ ਹੈ, ਮਨ ਕਿਤੇ ਚਲਾ ਜਾਂਦਾ ਹੈ, ਇਹ ਮਨ ਉੱਡਣ ਪੰਖੇਰੂ ਬਣ ਕਰ ਇਹ ਬੇਨਤੀ
ਇਹ ਇਸ ਤਰ੍ਹਾਂ ਦੇ ਨਾਲ ਗੁਰੂ ਚਰਨਾਂ ਦੇ ਵਿੱਚ ਹੁੰਦੀ ਹੈ। ਮਨ ਦੇ ਸੰਬੰਧ ਵਿੱਚ ਮਾਈ ਮਨ ਮੇਰੋ ਵਸ ਨਾਹੀ ਨਿਸਵਾਸਰ ਵਿਖਣ ਕੋ ਤਾਲ ਕਹਿਵਿਦ ਖੋਠਾਏ। ਇਹਨੂੰ ਔਖਾ ਇਹ ਔਖਾ ਬੜਾ ਹੈ ਰੋਕਣਾ, ਕੋਈ ਕਿਰਪਾ ਹੋਵੇ। ਦਸੀ ਸਾਹਿਬਾ ਕਿਵੇਂ ਪੰਜ ਪ੍ਰਾਣ ਹੁੰਦੇ ਨੇ। ਇਹ
ਜਿੰਨਾ ਅੰਦਰ ਨੂੰ ਅਸੀਂ ਲੈ ਕੇ ਜਾਂਦੇ ਹਾਂ ਸਵਾਸ, ਡੂੰਘਾ ਸਵਾਸ ਜਾਵੇ, ਇਹ ਖਾਲੀ ਨਾ ਜਾਵੇ, ਖਾਲੀ ਨਾ ਜਾਣ ਦੇਵੇ। ਆਕਸੀਜਨ ਅੰਦਰ ਪੂਰੀ ਭਰਦੇ ਹਾਂ, ਸਿੱਧੇ ਬੈਠ ਕੇ ਜਦੋਂ ਸਾਹ ਲਓ, ਖਾਲੀ ਪੇਟ ਹੈ, ਅੰਮ੍ਰਿਤ ਵੇਲਾ ਹੈ, ਕਿਉਂਕਿ ਰਹਿਤਾ ਆਪਾਂ ਅੰਦਰ ਦੀਆਂ ਵਿਚਾਰ ਰਹੇ ਹਾਂ ਕਿ ਇਹ ਜਿਹੜੀ ਜ਼ਰੂਰੀ ਰਹਿਤ ਹੈ ਕਿ ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਜ਼ਰੂਰ ਕਰੇ ਜਿਹੜੇ ਕਾਇਕ ਕਰਮ ਬਾਰੇ ਆਪਾਂ ਜਿਹੜੇ ਜਨਮ ਸਨ ਉਹਨਾਂ ਦੇ ਦਸਵਾਂ ਸੀ ਸੋਚ, ਉਹਦੇ ਵਿੱਚ ਕਿ ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ ਮਨ ਤਨ ਪੇ ਪਰੋਗਾ, ਕੋਟ ਵਿਘਨ ਲਾਥੇ ਪ੍ਰਭ ਨਾ ਪ੍ਰਗਟੇ ਭਲੇ ਸੰਜੋਗਾ। ਉਸ ਸਮੇਂ ਖਾਲੀ ਪੇਟ ਹੈ, ਦਿਮਾਗ 'ਤੇ ਕੋਈ ਭਾਰ ਨਹੀਂ, ਕਿਉਂਕਿ ਦੋਵਾਂ ਦੀ ਜ਼ਰੂਰਤ ਪੈਂਦੀ ਹੈ, ਦਿਮਾਗ ਵੀ ਖਾਲੀ ਹੋਵੇ, ਪੇਟ ਵੀ ਖਾਲੀ ਹੋਵੇ। ਫਿਰ ਪ੍ਰਾਣਾਯਾਮ ਸਵਾਸ ਦੀ ਪ੍ਰਕਿਰਿਆ ਬਹੁਤ ਸਹਿਜ ਢੰਗ ਦੇ ਨਾਲ ਹੋ ਜਾਂਦੀ ਹੈ। ਜਿੰਨੇ ਅੰਦਰ ਰੋਗ ਹਨ ਬਾਹਰ ਆ ਜਾਂਦੇ ਨੇ, ਪਰਮੇਸ਼ਰ ਦਿੱਤਾ ਬੰਨਾ, ਰੋਗ ਕਾ ਡੇਰਾ ਭੰਨਾ, ਉਹ ਸਾਰਾ ਜਿਹੜਾ ਡੇਰਾ ਉਹਨਾਂ ਦਾ ਲੱਗਿਆ ਹੋਇਆ ਅੰਦਰ, ਉਹ ਬਾਹਰ ਆ ਜਾਂਦਾ, ਕਿਉਂਕਿ ਔਖਦ ਆਏ ਰਾਸ ਵਿੱਚ ਆਪ ਖਲੋਂਦਾ। ਇਹ ਦਵਾਈ ਵੀ ਕੰਮ ਕਰ ਜਾਂਦੀ ਹੈ। ਫਿਰ ਜਿਹੜੀ ਸਰਵ ਰੋਗ ਕਾ ਔਖਦ ਨਾਮ, ਸਾਰੇ ਦੁੱਖਾਂ ਦਾ ਰੋਗਾਂ ਦਾ ਇਲਾਜ ਇਹ ਨਾਮ ਹੈ। ਨਾਮ ਸਭ ਦੇ ਅੰਦਰ ਹੈ, ਕੋਈ ਐਸਾ ਨਹੀਂ ਭੀਖਾ ਭੁੱਖਾ ਕੋ ਨਹੀਂ, ਸਭ ਕੀ ਗਠੜੀ ਲਾ, ਗਠੜੀ ਖੋਲ ਨਾ ਜਾਣਿਆ ਤਾਂ ਤੇ ਭੇ ਕੰਗਾਲ। ਇਸ ਵਾਸਤੇ ਗੁਰੂ ਤੋਂ ਮੰਤਰ ਲੈ ਕੇ ਉਹ ਚਾਬੀ ਲਾਈ ਜਾਂਦੀ ਹੈ, ਉਹ ਤਾਲਾ ਖੁੱਲਦਾ ਹੈ, ਬੱਜਰ ਕਪਾਟ ਨਾ ਖੁੱਲਣੀ, ਗੁਰ ਸ਼ਬਦ ਖਲੀਜੈ, ਸ਼ਬਦ ਹੈ ਧੁਨ, ਉਹ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਤੇ ਇਸ ਤਰ੍ਹਾਂ ਦੇ ਨਾਲ ਕਰਦੇ ਕਰਦੇ ਛੋਟਾ ਜਿਹਾ ਹੀ ਪ੍ਰਾਣਾਯਾਮ, ਕੋਈ ਔਖਾ ਨਹੀਂ, ਬੈਖਰੀ ਤੋਂ ਮੱਧਮਾ, ਮੱਧਮਾ ਤੋਂ ਪਸੰਤੀ, ਪਸੰਤੀ ਤੋਂ ਪਰਾ ਬਾਣੀ ਦੇ ਵਿੱਚ ਇਹ ਫਿਰ ਕਰਨਾ ਹੁੰਦਾ ਹੈ। ਹੁਣ ਪਰਮ ਪੂਜਾ ਸਤਿਕਾਰਯੋਗ ਮਾਤਾ ਜੀ ਗੁਰੂ ਜੀ ਦੇ ਸਨਮੁਖ ਬੈਠੇ ਹਨ ਤੇ ਉਹ ਗੁਰੂ ਦਾ ਧਿਆਨ ਹੈ, ਐਸਾ ਧਿਆਨ ਆਪੇ ਨਾਮ ਚਲਾ ਦਿੰਦਾ ਹੈ, ਆਵੇ ਸਾਹਿਬ ਜਿੱਤ ਤੇਰੇ ਭਗਤਾਂ ਡਿੱਠਿਆ। ਐਸੀ ਮੂਰਤ ਅਕਾਲ ਮੂਰਤ ਹੈ, ਸਾਧ ਸੰਤਨ ਕੀ ਠਾਹਰ ਨੀਕੀ ਧਿਆਨ ਕੋ, ਤੇ ਐਸਾ ਫਿਰ ਗੁਰੂ ਦਾ ਧਿਆਨ ਸ੍ਰੇਸ਼ਟ ਧਿਆਨ ਹੁੰਦਾ ਹੈ। ਤੇ ਉਸ ਧਿਆਨ ਜਿਹੜੀ ਗੁਰਮੂਰਤ ਗੁਰ ਸ਼ਬਦ ਹੈ, ਕਿਉਂਕਿ ਤਿੰਨ ਤਰ੍ਹਾਂ ਦਾ ਧਿਆਨ ਹੈ, ਪ੍ਰਤੀਕ 'ਚ ਲੰਘਦੇ ਲੰਘਦੇ ਪ੍ਰਤੀਕ ਧਿਆਨ ਕਰਦੇ ਕਰਦੇ ਸੰਪਤ ਧਿਆਨ ਦੇ ਕਰਦਿਆਂ ਕਰਦਿਆਂ ਫਿਰ ਅਹੰਗ੍ਰਹਿ ਧਿਆਨ ਦੇ ਵਿੱਚ ਪਹੁੰਚ ਹੁੰਦੀ ਹੈ, ਜਿੱਥੇ ਉਹ ਸ਼ਬਦ ਦਾ ਧਿਆਨ ਹੈ, ਧੁਨ ਹੈ, ਉਸ ਦੇ ਬਾਰੇ ਸੱਚੇ ਪਾਤਸ਼ਾਹ ਜੀ ਐਸਾ ਫਰਮਾਨ ਕਰਦੇ ਹਨ। ਧਰੀਏ ਮਨ ਵਿੱਚ ਧਿਆਨ ਗੁਰਾਂ ਦੀ ਗੁਰ ਕੀ ਮੂਰਤ ਮਨ ਮਹਿ ਧਿਆਨ,
ਗੁਰਮੂਰਤ ਗੁਰ ਸ਼ਬਦ ਇਹ ਅਹੰਗ੍ਰਹਿ ਧਿਆਨ। ਹੁਣ ਉਹਦੇ ਵਿੱਚ ਐਸਾ ਗਿਆਨ ਆ ਜਾਂਦਾ, ਬ੍ਰਹਮ ਗਿਆਨ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਹੁਣ ਸਤਿਕਾਰਯੋਗ ਮਾਤਾ ਜੀ ਗੁਰੂ ਜੀ ਦੇ ਸਨਮੁਖ ਬੈਠੇ ਹਨ, ਕਰਨੀ ਕਮਾਈ ਦੇ ਮਾਲਕ। ਹੁਣ ਐਸਾ ਧਿਆਨ ਪ੍ਰਪੱਕ ਹੋ ਗਿਆ ਜਿੱਥੇ ਸਵਾਸ ਦੇ ਰਾਹੀਂ ਇਹ ਹੁੰਦਾ ਅੰਦਰ ਨੂੰ ਸਵਾਸ ਜਾਂਦਾ ਵਾਹੇ, ਬਾਹਰ ਨੂੰ ਆਉਂਦਾ ਗੁਰੂ। ਇਹ ਇਸ ਤਰ੍ਹਾਂ ਚਿੰਤਨ ਕਰਨ ਦੇ ਨਾਲ ਸਾਰੀਆਂ ਚਿੰਤਾਵਾਂ ਹੀ ਮਿਟ ਗਈਆਂ, ਕੋਈ ਚਾਹ ਨਹੀਂ ਰਹੀ ਹੁਣ ਕੋਈ ਇਸ ਤਰ੍ਹਾਂ ਦੇ ਨਾਲ, ਕਿਉਂਕਿ ਜਿਹੜਾ ਹੈ ਮਨੁਆ ਬੇਪਰਵਾਹ, ਜਿਸ ਕੋ ਕੁਛ ਨਾ ਚਾਹੀਏ ਸੋਈ ਸ਼ਹਿਨਸ਼ਾਹ, ਚਾਹ ਗਈ ਚਿੰਤਾ ਮਿਟੀ, ਮਨੁਆ ਬੇਪਰਵਾਹ। ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ, ਚਿੰਤਨ ਕਰਨ ਦੇ ਨਾਲ ਸਾਰੀਆਂ ਚਿੰਤਾਵਾਂ ਖਤਮ ਹੋ ਗਈਆਂ।